ਆਫ ਮੇਰੇ 5 ਵਜੇ ਦੁਕਾਨ ਤੇ ਚਲੇ ਗਏ ਨੇ ਤੇ 8 ਵਜੇ ਵਾਪਸ ਆਏ ਆ ਤੇ ਅੱਗੇ ਵੇਖੇ ਬੀ ਇਦਾਂ ਬਾਰੀ ਖੁੱਲੀ ਠੀਕ ਹੈ ਜੀ ਘਰ ਦੇ ਅੰਦਰ ਐਂਟਰੀ ਕੀਤੀ ਵੇਖਿਆ ਚੋਰੀ ਹੋ ਗਈ ਹਾਂਜੀ ਫਿਰ ਨਾਲ ਹੀ ਭਾਜੂ ਨਹੀਂ ਪਰਿੰਦੇ ਸਾਡੇ ਇਹਨਾਂ ਨੂੰ ਫੋਨ ਲਾਇਆ ਇਹ ਆਏ ਤੇ ਵਾਹ ਤੁਸੀਂ ਵੀ ਚੈੱਕ ਕਰੋ ਤੇ ਇਹਨਾਂ ਦੇ ਵੀ ਚੋਰੀ ਹੋ ਗਈ ਹਾਂਜੀ ਤੇ ਬਾਅਦ ਚ ਪੁਲਿਸ ਨੂੰ ਸੱਦਿਆ ਹੁਣ ਦਨੂਚੇ ਦੇ ਨਾਲ ਚੈੱਕ ਕਰਾ ਗਿਆ ਇਹ ਸਾਰੇ ਅੱਛਾ ਜੀ ਬਾਕੀ ਵੇਖੋ ਜੀ ਕੀ ਬੰਦਾ ਗਾੜੀ ਇਨਸਾਨ ਘਰੋਂ ਬੇਕਾਰ ਹੁੰਦਾ ਪੈਸੇ ਦੀ ਖਾਤਰ ਆਪਣੇ ਬੱਚਿਆਂ ਦੀ ਖਾਤਰ ਆਪਣੇ ਪਰਿਵਾਰ ਦੇ ਲਈ ਚਾਰ ਪੈਸੇ ਜੋੜਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਉਹਦੇ ਬੱਚੇ ਆ ਪਰਿਵਾਰ ਆ ਉਹ ਚੰਗੇ ਥਲੀਕੇ ਦੇ ਨਾਲ ਰਹਿ ਸਕਣ ਜੇ ਗੱਲ ਕਰੀਏ ਕ ਧੀ ਦੀ ਤੇ ਜਿਸ ਦਿਨ ਤੋਂ ਮਾਪੇ ਉਹਨੂੰ ਵਿਆਹਦੇ ਆ ਜਾਂ ਜਿਸ ਦਿਨ ਧੀ ਜੰਮਦੀ ਆ ਉਸ ਦਿਨ ਤੋਂ ਮਾਪੇ ਉਹਦੇ ਲਈ ਤਿਲ ਫੁੱਲ ਜੋੜਦੇ ਆ ਤੇ ਜਦੋਂ ਧੀ ਵਿਆਹ ਕੇ ਦੂਜੇ ਘਰ ਜਾਂਦੀ ਆ ਤੇ ਉਹਨੂੰ ਛਗਨਾ ਦੇ ਤੌਰ ਤੇ ਸੋਨਾ ਤੱਕ ਪਾਉਂਦੇ ਆ ਤੇ ਉਹਦੇ ਨਾਲ ਬਹੁਤ ਸਾਰੀਆਂ ਜਾਦਾਂ ਵੀ ਜੁੜੀਆਂ ਹੁੰਦੀਆਂ ਨੇ ਪਰ ਅੱਜ ਜਿਹੜਾ ਜੋਗਾ ਇਨਸਾਨ ਚੱਲ ਕੇ ਪਰਦੇਸਾਂ ਦੇ ਵਿੱਚ ਆ ਗਿਆ ਹੱਡ ਭਨਵੀ ਜਿਹੜੀ ਮਿਹਨਤ ਆ ਉਹ ਕਰਦਾ ਵਾ ਪੈਸਾ ਜੋੜਦਾ ਵਾ ਪਰ ਉਸ ਤੇ ਹਨਾਨੀ ਉਸ ਦੀ ਦੁਨੀਆ ਉਦੋਂ ਟੁੱਟਦੀ ਆ ਜਦੋਂ ਉਸ ਦੇ ਨਾਲ ਕੋਈ ਅਨ ਹੋਣੀ ਹੋ ਜਾਂਦੀ ਹੈ ਅੱਜ ਅਸੀਂ ਖੜੇ ਹਾਂ ਇਟਲੀ ਦੀ ਰਾਜਸਤਾਨੀ ਰੋਮ ਤੋਂ 30 ਕਿਲੋਮੀਟਰ ਦੂਰ ਪੈਂਦੇ ਕਸਬਾ ਅਨਸਿਓ ਵੇਖੇ ਜੇ ਆਪਾਂ ਗੱਲ ਕਰੀਏ ਤੇ ਇੱਥੇ ਬਹੁਤ ਵੱਡੀ ਤਾਦਾਦ ਦੇ ਵਿੱਚ ਪੰਜਾਬੀ ਜਿਹੜੇ ਆ ਉਹ ਪਿਛਲੇ ਕਈ ਸਾਲਾਂ ਤੋਂ ਰਹਿੰਦੇ ਨੇ ਤੇ ਅੱਜ 50% ਦੇ ਕਰੀਬ ਇਸ ਸ਼ਹਿਰ ਦੇ ਵਿੱਚ ਸਾਡੇ ਪੰਜਾਬੀਆਂ ਦੇ ਘਰ ਨੇ ਕਾਰੋਬਾਰ ਨੇ ਸੋ ਉੱਥੇ ਦਿਨ ਦਿਹਾੜੇ ਜਿਹੜੀਆਂ ਹੋ ਰਹੀਆਂ ਚੋਰੀਆਂ ਵਾਂ ਠੀਕ ਹੈ ਜੀ ਘਰ ਦੇ ਅੰਦਰ ਐਂਟਰੀ ਕੀਤੀ ਵੇਖਿਆ ਚੋਰੀ ਹੋ ਗਈ ਹਾਂਜੀ ਫਿਰ ਨਾਲ ਹੀ ਭਾਜੀ ਹੁਣੀ ਉੱਪਰ ਆਈਂ ਸਾਡੇ ਇਹਨਾਂ ਨੂੰ ਫੋਨ ਲਾਇਆ ਇਹ ਆਏ ਤੇ ਬਹਾ ਤੁਸੀਂ ਵੀ ਚੈੱਕ ਕਰੋ ਤੇ ਇਹਨਾਂ ਦੇ ਵੀ ਚੋਰੀ ਹੋ ਗਈ ਹਾਂਜੀ ਤੇ ਬਾਅਦ ਚ ਪੁਲਿਸ ਨੂੰ ਸੱਦਿਆ ਹੁਣ ਦਨੂਚੇ ਦੇ ਨਾਲ ਚੇਕ ਕਰਾ ਕੇ ਆਏ ਸਾਰੇ ਅੱਛਾ ਜੀ ਬਾਕੀ ਵੇਖੋ ਜੀ ਕੀ ਬੰਦਾ ਗਾੜੀ ਪੁਲਿਸ ਨੇ ਕੀ ਕਰ ਤੁਸੀਂ ਪੁਲਿਸ ਰਿਪੋਰਟ ਕਰਤੀ ਆ ਪੁਲਿਸ ਦਾ ਕੀ ਜਵਾਬ ਆ ਉਹ ਕੀ ਕਹਿੰਦੇ ਕੀ ਕਰਦੇ ਨੇ ਜੇ ਪੁਲਿਸ ਨੇ ਕੁਝ ਨਹੀਂ ਉਹਨਾਂ ਸ਼ਾਰਟ ਬਿਨ ਕਰਕੇ ਦੱਸਣਗੇ ਜੋ ਵੀ ਕੋਈ ਦੱਸਣਗੇ ਹਾਂਜੀ ਬਸ ਕੀ ਇਹਨਾਂ ਦਾ ਇਹਨਾਂ ਚ ਦਿਨੋਚਾਂ ਦਾ ਐਂਡ ਤੇ ਕੁਝ ਨਹੀਂ ਨਿਕਲਦਾ ਹੁੰਦਾ ਨਹੀਂ ਪਰ ਜਿਹੜਾ ਚਿੰਤਾ ਦਾ ਵਿਸ਼ਾ ਉਹ ਇਹ ਆ ਕਿ ਹੋਰ ਵੀ ਬਹੁਤ ਸਾਰੇ ਲੋਕ ਇੱਥੇ ਰਹਿੰਦੇ ਨੇ ਜੇ ਆਪਾਂ ਗੱਲ ਕਰੀਏ ਤੇ ਸਾਡੇ ਜਿਹੜੇ ਖਾਸ ਕਰਕੇ ਪੰਜਾਬੀ ਆ ਉਹਨਾਂ ਦੇ ਘਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਵਾ ਉਹਨਾਂ ਦੇ ਘਰਾਂ ਚ ਹੀ ਚੋਰੀਆਂ ਹੋ ਰਹੀਆਂ ਵਾ ਫਿਰ ਇਸ ਤਰ੍ਹਾਂ ਜਿਸ ਤਰ੍ਹਾਂ ਭਾਜੀ ਹੁਣਾਂ ਨੇ ਦੱਸਿਆ ਕਿ ਉਹਨਾਂ ਦੇ ਘਰੋਂ 5000 ਐਰੋ ਦੇ ਕਰੀਬ ਚੋਰੀ ਹੋਇਆ ਜਾਂ ਗਹਿਣੇ ਗੱਟੇ ਚੋਰੀ ਹੋ ਗਏ ਆ ਤੇ ਉਹਨਾਂ ਇਹ ਵੀ ਦੱਸਿਆ ਵੀ ਉਹ ਜਿਹੜੇ ਪੈਸੇ ਆ ਉਹਨਾਂ ਨੂੰ ਕੱਲ ਹੀ ਕਿਤੇੋਂ ਮਿਲੇ ਸੀ ਤੋਂ ਉਹਨਾਂ ਘਰ 'ਚ ਰੱਖੇ ਸੀਗੇ ਤੁਹਾਨੂੰ ਕੀ ਲੱਗਦਾ ਵੀ ਇਹ ਕੋਈ ਇਨਫਰਮੇਸ਼ਨ ਦੇ ਰਿਹਾ ਕੋਈ ਪੰਜਾਬੀ ਹੀ ਚੋਰਾਂ ਦੇ ਨਾਲ ਰਲਿਆ ਜਾਂ ਪੰਜਾਬੀ ਚੋਰੀਆਂ ਕਰਦੇ ਆ ਕੀ ਲੱਗਦਾ ਤੁਹਾਨੂੰ ਮੈਨੂੰ 100% ਪੂਰਾ ਸ਼ੋਰ ਹੈ ਵੀ ਇੱਕ ਅੱਧਾ ਪੰਜਾਬੀ ਮੁੰਡਾ ਐ ਨਾ ਐਡਾ ਦੇ ਨਾਲ ਹੈ ਕੋਈ ਨਾ ਕੋਈ ਕਿਉਂਕਿ ਜਿੱਥੇ ਇੰਡੀਆ ਨੂੰ ਦਾ ਘਰ ਆ ਉੱਥੇ ਚੋਰੀ ਹੋਣ ਦੀ ਹੈ ਬਗਾਨੇ ਤਾਂ ਤੇ ਨਹੀਂ ਹੋਣ ਜੇ ਕੋਈ ਬੰਦਾ ਕਾਰੋਬਾਰ ਵਾਲਾ ਉਹਦੇ ਘਰ ਕੋਈ ਚੋਰੀ ਹੋਣ ਦੀ ਜਿਹੜੇ ਘਰ ਖਾਲੀ ਆ ਅੰਦਰ ਇੰਦੀ ਸਾਰੀ ਦਾੜੀ ਉੱਥੇ ਵੜਦੇ ਰਾਨ ਕੇ ਜੋ ਜੀਨਾਂ ਦੇ ਬਿਜ਼ਨਸ ਆ ਤੁਸੀਂ ਕਹਿੰਦੇ ਹੋ ਵੀ ਜਿਹੜੇ ਸਵੇਰੋਂ ਸ਼ਾਮਾਂ ਤਾਈਂ ਹਸਬੈਂਡ ਵਾਈਫ ਜਾਂ ਕੰਮ ਤੇ ਚਲੇ ਜਾਂਦੇ ਬੱਚੇ ਸਕੂਲਾਂ ਚ ਚਲੇ ਜਾਂਦੇ ਉਹਨਾਂ ਦੇ ਘਰਾਂ ਚ ਚੋਰੀ ਹੁੰਦੀ ਮੈਨੂੰ ਤੇ 100% ਇਹੀ ਲੱਗਦਾ ਜੀ ਤੇ ਜਿਹੜੇ ਘਰ ਬੰਦ ਆ ਪਹਿਲਾਂ ਚੈੱਕ ਕਰਦੇ ਰਹਿੰਦੇ ਆ ਟਾਈਮ ਜੋ ਟਾਈਮ ਵੇਖ ਲੈਂਦੇ ਆ ਇੱਕ ਟਾਈਮ ਚੱਲਣਾ ਤੇ ਉਸ ਟਾਈਮ ਚੋਰੀ ਕਰ ਲੈਂਦੇ ਜੀ ਇਹੀ ਨਾ ਕੋਈ ਫਾਰਮੂਲਾ ਇਹਦੇ ਕਿੰਨਾ ਕ ਨੁਕਸਾਨ ਹੋ ਗਿਆ ਮੇਰਾ 6 ਚੂੜੀਆਂ ਸੀ ਨਾਲ ਦੀ ਚੇਨ ਸੀ ਹੋਰ ਕੋਈ ਗਿਫਟ-ਗੋਡ ਦਿੱਤੀ ਤੇ ਤੁਹਾਨੂੰ ਲੈ ਕੇ ਦਿੱਤੇ ਸੀ ਮੋਤੀਏ ਦੇ ਹਾਰ ਹੋਰ ਹਾਂਜੀ ਉਹ ਜਾਂਦੇ ਰਹੇ ਆ 2000 ਰੁਪਏ ਕੈਸ਼ ਵੀ ਪਿਆ ਸੀ ਘਰ ਦੇ ਵਿੱਚ ਹੋਰ ਘੜੀਆਂ ਕੁੜੀਆਂ ਰਾ ਵਗੈਰਾ ਜੋ ਵੀ ਲੈ ਕੇ ਹੁੰਜ ਕੇ ਸਭ ਕੁਝ ਠੀਕ ਹੈ ਹਾਂਜੀ ਤੇ ਸੋ ਜਿਹੜਾ ਪੰਜਾਬੀ ਭਾਈਚਾਰਾ ਇੱਥੇ ਰਹਿੰਦਾ ਸਾਡਾ ਪੰਜਾਬੀ ਭਾਈਚਾਰਾ ਰਹਿੰਦਾ ਵਾ ਪੰਜਾਬੀ ਘਰ ਹੀ ਟਾਰਗੇਟ ਹੋ ਰਹੇ ਨੇ ਕੋਸ਼ਿਸ਼ ਸਹਿਯੋਗ ਮੰਗਦੇ ਹਾਂ ਜੇ ਪੁਲਿਸ ਗੱਲਬਾਤ ਸੁਣਦੀ ਆ ਜਾਂ ਨਹੀਂ ਸੁਣਦੀ ਆ ਸਹਿਯੋਗ ਦੀ ਜਰੂਰਤ ਹੈ ਜੀ ਅੱਜ ਸਾਡੇ ਨਾਲ ਹੋਈ ਆ ਦੋਵਾਂ ਪਰਿਵਾਰਾਂ ਦੇ ਨਾਲ ਕੱਲ ਕਿਸੇ ਹੋਰ ਨਾਲ ਹੋਏਗੀ ਕਮਾਈ ਘੜੀ ਸੋਖੀ ਹੁੰਦੀ ਬਹੁਤ ਔਖੇ ਹੋਗੇ ਸਵੇਰੇ ਇਸ ਵਕਤੇ ਨਿਕਲ ਜਾਇਦਾ 7 ਵਜੇ ਫਿਰ 9 ਵਜੇ ਘਰ ਵੜਨਾ ਔਖਾ ਤੁੰਦਾ ਇਹ ਬਹੁਤ ਜ਼ਿਆਦਾ ਲੱਗਦਾ ਕਾਹਦਾ ਕਾਰੋਬਾਰ ਕਰਦੇ ਆ ਇਹ ਜੀ ਮੇਰੀ ਵਾਈਫ ਦੀ ਫੁੱਲਾਂ ਦੀ ਦੁਕਾਨ ਹੈ ਮੈਂ ਆਪਣੀ ਜੋਬ ਤੇ ਜਾਂਦਾ ਉਦੋਂ ਠੀਕ ਹੈ ਜੀ ਹਾਂਜੀ ਤਮਿੰਦਰ ਜੀ ਆਪਾਂ ਬਾਹਰਲੇ ਦੇਸ਼ਾਂ ਚ ਤਾ ਗਏ ਆ ਪਰ ਇੱਥੇ ਆ ਕੇ ਵੀ ਸੇਫ ਨਹੀਂ ਗੇ ਨਹੀਂ ਕਿ ਇਹ ਨਹੀਂ ਮੈਂ ਕਹਾਂਦਾ ਸੇਫ ਤਾਂ ਹੈ ਬਸ ਕੁਝ ਮਾੜੇ ਜੀ ਹਰਥਾ ਹੀ ਹੁੰਦੇ ਆ ਜੀ ਸੋਹਣਾ ਮੁਲਕ ਹੈ ਤਰੱਕੀ ਫੂਲ ਮੁਲਕ ਆ ਇਹਨਾਂ ਲੋਕਾਂ ਦਾ ਕੋਈ ਕਸੂਰ ਨਹੀਂ ਇਹ ਕਿਹੜੇ ਇਟਾਲੀਅਨ ਜਿਹੜੇ ਚੋਰੀ ਕਰਨਦੇ ਆ ਤੇ ਜਿੰਗਰੀ ਜੁੰਗਰੀ ਆ ਕੋਈ ਚੋਰੀ ਕਰਨਦੇ ਆ ਇਟਾਲੀਅਨ ਤੇ ਬਹੁਤ ਘੱਟ ਕਰਦੇ ਆ ਕੰਮ ਭਾਜੀ ਕੀ ਨਾਮ ਆ ਜੀ ਆਪਣਾ ਮੇਰਾ ਸੁਖਜਿੰਦਰ ਸਿੰਘ ਜੀ ਸੋਨੀ ਕਿੰਨੇ ਕ ਸਾਲ ਹੋ ਗਿਆ ਇਟਲੀ ਚ ਰਹਿੰਦੇ ਇਟਲੀ ਚ ਹੋ ਹੀ ਗਏ ਚੋਕੇ 17 18 ਸਾਲ ਹੋ ਗਏ ਜੀ ਤੇ ਚੋਰੀ ਹੋ ਗਈ ਆ ਤੁਹਾਡੇ ਘਰੇ ਚੋਰ ਪੈ ਗਿਆ ਰਾਤੀ ਤੇ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ 15-20 ਹਜ਼ਾਰ ਯੂਰੋ ਦਾ ਜੀ 5000 ਨਗਦ ਸੀਗਾ ਬਾਕੀ 15000 ਯੂਰੋ ਦਾ ਸੋਨਾ ਸੀਗਾ ਜੀ ਤੁਹਾਨੂੰ ਕਿਸੇ ਤੇ ਹੈਗੀ ਸ਼ੱਕ ਵੀ ਕੌਣ ਹੋ ਸਕਦਾ ਕਿਉਂਕਿ ਜੇ ਆਪਾਂ ਗੱਲ ਕਰੀਏ ਲਵਿਨੀਓ ਜਿੱਥੇ ਆਪਾਂ ਰਹਿੰਦੇ ਆ ਤੇ ਪਿਛਲੇ ਦਿਨੀ ਅੱਗੇ ਵੀ ਇੱਕ ਦੋ ਪੰਜਾਬੀ ਘਰਾਂ ਦੇ ਵਿੱਚ ਜਿਹੜੀਆਂ ਚੋਰੀਆਂ ਹੋਈਆਂ ਉਹਨਾਂ ਬਾਰੇ ਆਪਾਂ ਸੁਣਿਆ ਸੀਗਾ ਤੇ ਮੇਰੇ ਹਿਸਾਬ ਨਾਲ ਤੁਹਾਡੇ ਵੀ ਹੋਈ ਆ ਤੁਹਾਡੇ ਕਹਿੰਦੇ ਗਵਾਂਢ ਵੀ ਇੱਕ ਘਰ ਚ ਚੋਰੀ ਹੋਈ ਆ ਉਹਨਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਉਹਨਾਂ ਦਾ ਵੀ ਚੋਖਾ ਨੁਕਸਾਨ ਹੋਇਆ ਕਿਉਂਕਿ ਉਹਨਾਂ ਦਾ ਕੈਸ਼ ਸੀਗਾ ਸੋਨਾ ਤੇ ਸਿਰਫ ਉਹ ਚੀਜ਼ਾਂ ਤੋਂ ਉਹੀ ਲੈ ਕੇ ਜਾਂਦੇ ਸੋ ਉਹਨਾਂ ਤੇ ਕੈਸ਼ ਹੀ ਜਿੰਨਾ ਆ ਗੋਣਾ ਸਾਰਾ ਫੋਲ ਕੇ ਲੈ ਕੇ ਗਏ ਨੇ ਸਾਰੀ ਤੇ ਇਹ ਚੋਰ ਬੜੇ ਕਿਥੋਂ ਦੀ ਆ ਘਰ ਦੇ ਵਿੱਚ ਇਹ ਬੜੇ ਇਧਰੋਂ ਦਰਵਾਜ਼ੇ ਤੋਂ ਕਹਿੰਦਾ ਟੱਪ ਕੇ ਆਏ ਇਧਰੋਂ ਜੀ ਤੇ ਆਹ ਦਰਵਾਜ਼ਾ ਤੋੜ ਕੇ ਅੰਦਰ ਵੜੇ ਨੇ ਤੇ ਉਹ ਜੋ ਉਹਨਾਂ ਕੋਈ ਲਮਾਰੀ ਨਹੀਂ ਛੱਡੀ ਕੋਈ ਉਹਨਾਂ ਅਟੈਚ ਨਹੀਂ ਛੱਡਿਆ ਉਹਨਾਂ ਨੇ ਹਰ ਇੱਕ ਚੀਜ਼ ਫੋੜ ਕੇ ਸੱਲੀ ਨਾਲ ਚੀਜ਼ਾਂ ਲੈ ਕੇ ਗਈ ਕੱਢ ਕੇ ਤੇ ਤੁਸੀਂ ਹੁਣ ਪੁਲਿਸ ਨਾਲ ਗੱਲਬਾਤ ਕੀਤੀ ਹੋਊਗੀ ਤੇ ਪੁਲਿਸ ਦਾ ਕੀ ਕਹਿਣਾ ਹੈ ਇਸ ਸਬੰਧ ਚ ਪੁਲਿਸ ਦਾ ਕਹਿਣਾ ਹੈਗਾ ਅਸੀਂ ਦਿਨੂਚਾ ਕਰਾਤਾ ਜੀ ਤੇ ਬਾਕੀ ਉਹਨਾਂ ਤੇ ਜੋ ਕੋ ਬੰਨ ਦੀ ਕਾਰ ਵੀ ਅਸੀਂ ਕਰਾਂਗੇ ਜੇ ਤੁਹਾਨੂੰ ਕਿਤੇ ਸ਼ੱਕ ਹੈ ਤੁਸੀਂ ਦੱਸੋ ਹੁਣ ਸ਼ੱਕ ਤਾਂ ਹੋਊਗਾ ਕਿੰਨੇ ਦੇਖਿਆ ਹੋਵੇਦਾ ਭਾਈ ਓਕੇ ਜੀ ਤੁਹਾਨੂੰ ਕੀ ਲੱਗਦਾ ਜਿਹੜੇ ਪੈਸੇ ਆਉਂਦੇ ਆ ਕਿਉਂਕਿ ਆਪਾਂ ਜਦੋਂ ਅੱਗੇ ਵੀ ਸੁਣਿਆ ਕਿਸੇ ਕੋਲੋਂ ਕਿਸੇ ਆਪਣੇ ਬੰਦੇ ਤੇ ਸ਼ੱਕਾ ਜਾਂ ਇਟਾਲੀਅਨ ਕਰ ਰਹੇ ਸਾਰਾ ਕੁਝ ਇਹ ਤਾਂ ਹੁਣ ਦੇਖੋ ਜੀ ਆਪਣੇ ਬੰਦੇ ਵੀ ਨਾਲ ਵਾਲੇ ਹੋਣਗੇ ਤਾਂ ਹੀ ਪਤਾ ਇਹਨਾਂ ਨੂੰ ਕਿਉਂਕਿ ਦੁਕਾਨਾਂ ਦੁਕਾਨਾਂ ਦਾ ਜਿਹਨਾਂ ਦਾ ਕੰਮ ਉਹਨਾਂ ਦੇ ਪੈਸਾ ਘਰੇ ਰੱਖਣਾ ਹਾਂਜੀ ਠੀਕ ਨੇ ਉਹ ਰੋਜ਼ ਦੇ ਇਜਾਮਾ ਵੀ ਨਹੀਂ ਕਰਾ ਸਕਦੇ ਬੈਂਕਾਂ 'ਚ ਫਿਰ ਲੈਣਾ ਵੀ ਉਤਮੁਖ ਹੋ ਜਾਂਦੇ ਜੀ ਇਹ ਤਾਂ ਹੁਣ ਕੋਈ ਨਾ ਕੋਈ ਭੇਤੀ ਆ ਕੋਈ ਦੱਸਦਾ ਆਪਣੇ ਇੰਡੀਅਨ ਦੇ ਘਰਾਂ ਦੱਸਦਾ ਕਿ ਭਾਈ ਆ ਇੰਨੇ ਵਜੇ ਜਾਂਦੇ ਨੇ ਇੰਨੇ ਵਜੇ ਜਾਂਦੇ ਨੇ ਜੇ ਆਪਾਂ ਸਾਰੇ ਨੂੰ ਇਹ ਕਹਿਣਾ ਚਾਹੁੰਨੇ ਹੋਗੇ ਰੋਪਈ ਸਾਰੀ ਜੀ ਇਹ ਕੱਲ ਕਿੰਨੇ ਕ ਵਜੇ ਚੋਰੀ ਹੋਈ ਹੁੰਦੀ ਤੁਹਾਡੇ ਘਰੇ ਹੈ ਕੋਈ ਅੰਦਾਜ਼ਾ ਟਾਈਮ ਜਾਂ ਤੁਸੀਂ ਕਿੱਥੇ ਸੀ ਘਰ ਦੇ ਵਿੱਚ ਕੋਈ ਹੈਗਾ ਸੀ ਜਾਂ ਛੋਟੇ ਬੱਚੇ ਸੀਗੇ ਨਹੀਂ ਘਰੇ ਕੋਈ ਨਹੀਂ ਅਸੀਂ ਤੇ ਭਈ ਸਵੇਰੇ 12 ਵਜੇ ਗਏ ਆ ਤੇ ਥੱਲੇ ਵਾਲੇ ਭਾਈ ਇਹਨਾਂ ਨੇ ਫੋਨ ਕੀਤਾ ਸਾਨੂੰ ਅਸੀਂ ਤਾਂ ਉੱਪਰ ਆ ਕੇ ਫਿਰ ਦੇਖਿਆ ਘਰ ਕਿਉਂ ਉਹ ਪਚ 5 ਵਜੇ ਗਏ ਨੇ ਕੋਰੂ ਤੇ 7:30 ਵਜੇ ਘਰੇ ਆਏ ਨੇ ਉਹ ਤੇ ਉਹਨਾਂ ਨੇ ਫੋਨ ਕੀਤਾ ਸਾਨੂੰ ਕਿ ਭਈ ਸਾਡੇ ਘਰੇ ਚੋਰੀ ਹੋਈ ਹੈ ਤੇ ਤੂੰ ਜਿਵੇਂ ਆਪਣਾ ਘਰ ਚੈੱਕ ਕਰ ਲਵਾ ਕੇ ਚੈੱਕ ਕੀਤਾ ਤੇ ਦਰਵਾਜ਼ੇ ਨਹੀਂ ਖੁੱਲੇ ਸਾਡੇ ਤੋਂ ਪਹਿਲਾਂ ਤਾਂ ਉਹਨਾਂ ਨੇ ਅੱਗੇ ਸਪੋਰਟਾਂ ਲਾ ਕੇ ਬੰਦ ਕੀਤੇ ਹੋਏ ਸੀਗੇ ਅੱਛਾ ਜੀ ਜੀ ਤੇ ਉਹ ਜਿਹੜੇ ਦੂਸਰੇ ਘਰ ਚ ਉਹਨਾਂ ਦਾ ਕੀ ਨੁਕਸਾਨ ਹੋਇਆ ਉਹਨਾਂ ਦਾ ਵੀ ਪੈਸਾ ਵੀ ਇੱਥੇ ਸੋਨਨ ਨਾਲ ਦੋਨੇ ਚੀਜ਼ਾਂ ਲੈ ਗਏ ਉਹਨਾਂ ਨੇ ਤੇ ਲਮਾਰੀਆਂ ਲਮੂਰੀਆਂ ਸਾਰੀ ਬਿਲਕੁਲ ਖਤਮ ਕਰ ਗਏ ਨੇ ਤੋੜ ਕੇ ਫੱਟ ਕੇ ਲੈ ਕੇ ਗਏ ਸਮਾਨ ਉਹਨਾਂ ਜਦੋਂ ਜੀ ਸਾਰਿਆਂ ਭਾਨ ਕਮਨਿਟੀ ਨੂੰ ਇੰਡੀਅਨ ਨੂੰ ਬੇਨਤੀ ਕਰਦੇ ਹਾਂ ਕਿ ਚੋਰੀਆਂ ਬਹੁਤ ਹੋ ਰਹੀਆਂ ਆਪਣੇ ਲਵਿਨੀਓ ਦੇ ਵਿੱਚ ਖਾਸ ਕਰਕੇ ਲਵਿਨੀਓ ਦੇ ਵਿੱਚ ਇੰਡੀਆਨਾਂ ਦੇ ਘਰੇ ਸੋਨਾ ਪੈਸਾ ਤੇ ਸਾਰਾ ਚੋਰੀ ਕਰਕੇ ਲੈ ਜਾਂਦੇ ਆ ਆਪਣਾ ਜਿੰਗਰੀ ਆਪਣਾ ਇੰਡੀਅਨ ਨੂੰ ਵੀ ਧਾਰਲੇ ਆ ਤੇ ਉਹਦਾ ਕਰਕੇ ਅਸੀਂ ਬੇਨਤੀ ਕਰਦੇ ਆ ਆਪਣੀ ਇੰਡੀਅਨ ਕਮਿਊਨਿਟੀ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਵਾ ਇਕੱਠੇ ਹੋ ਕੇ ਉੱਚੀ ਆਵਾਜ਼ ਉਠਾਉਣੀ ਚਾਹੀਦੀ ਆ ਸਾਰੇ ਭਰਾਵਾਂ ਨੂੰ ਤੇ ਪੁਲਿਸ ਇਸ ਦੀ ਕੋਈ ਕਾਰਵਾਈ ਨਹੀਂ ਕਰਦੀ ਇਸ ਕਰਕੇ ਚੋਰੀਆਂ ਬਹੁਤ ਵਧ ਰਹੀਆਂ ਹਨ ਤੇ ਇਸ ਕਰਕੇ ਭੈਣਾ ਬੀਬੀਆਂ ਨੂੰ ਕਹਿਣਾ ਚਾਹੀਦਾ ਵਾ ਜੋ ਕਿ ਸੋਨਾ ਵਾ ਆਪਣਾ ਸੰਭਾਲ ਕੇ ਰੱਖਣਾ ਤੇ ਕਿਤੇ ਘਰੇ ਬਾਹਰ ਜਮਣਾਵਾ ਕੋਲ ਨਾਲ ਲੈ ਕੇ ਜਾਣਾ ਚਾਹੀਦਾ ਹੈ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅਸੀਂ ਐਤਵਾਰ ਵਾਲੇ ਦਿਨ ਵੀਜੀ ਗੁਰਦੁਆਰੇ ਗਏ ਆ ਇੱਥੋਂ ਘਰੋਂ 12:30 ਵਜੇ ਤੇ ਸਿਰਫ 1 ਘੰਟੇ ਵਾਸਤੇ ਗੁਰੂ ਘਰ ਗਏ ਆ ਜਦੋਂ ਘਰੇ ਆ ਕੇ ਦੇਖਿਆ ਤਾਂ ਸਾਰਾ ਘਰ ਲੁੱਟਿਆ ਗਿਆ ਤੇ ਸੋਨਾ ਲੈ ਕੇ ਕੁਝ ਪੈਸੇ ਪੈਸੀ ਘਰੇ ਉਹ ਲੈ ਕੇ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਅਸੀਂ ਕਰਦੇ ਆ ਭਾਈ ਜਦਾ ਆਪਣਾ ਗੌਰ ਰੱਖੋ ਜਿਹੜਾ ਵੀ ਸਮਾਨ ਵਗੈਰਾ ਹੁੰਦਾ ਨਾਲ ਲੈ ਕੇ ਜਾਓ ਤੇ ਜਾਂ ਉਹਦਾ ਸਾਂਹ ਕਿਤੇ ਹੋਰ ਉੱਤਕਾਰੀ ਤੇ ਸਭ ਪੂਰੀ ਤਾਂ ਇਹ ਕੰਮ ਦਾ ਕਰੀ ਜਾਂਦੇ ਨੇ ਤਿੰਨ ਚਾਰ ਘਰ ਨੂੰ ਪਲੇ ਲੈਣੇ ਆ ਦੋ ਤਿੰਨ ਦਿਨਾਂ ਦੇ ਵਿੱਚ ਸਾਰੇ ਇਲਾਕੇ ਨੂੰ ਹੀ ਤਾਂ ਇਹ ਬੇਸਤੀ ਕਰਦੇ ਆ ਭਾਈ ਉਹਦਾ ਪਹਚਾਰ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੀ ਇੰਡੀਅਨ ਕਮਿਊਨਿਟੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਪਿਛਲੇ ਦਿਨਾਂ ਦੇ ਵਿੱਚ ਲਵੀਨੀਓ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਤਾਂ ਕਾਫੀ ਹੋਈਆਂ ਸਾਡੇ ਵੀਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਆਪਾਂ ਜਿਹੜੀ ਕਮਾਈ ਕਰਦੇ ਆ ਪੇਲ ਤੇਲ ਤੇਲ ਜੋੜ ਕੇ ਇਹ ਆਪਾਂ ਕਮਾਈ ਇਕੱਠੀ ਕਰਦੇ ਆ ਤੇ ਜਿਹੜੇ ਚੋਰ ਆ ਉਹ 1 ਮਿੰਟ ਦੇ ਵਿੱਚ ਸਾਰਾ ਕਾਰੋਬਾਰ ਸਾਫ ਕਰ ਜਾਂਦੇ ਆ ਸਾਰੇ ਵੀਰਾਂ ਨੂੰ ਬੇਨਤੀ ਜਿਨ੍ਹਾਂ ਦੇ ਇਹ ਵਰਦਾਤਾ ਹੋਈਆਂ ਉਹ ਜਾ ਕੇ ਕਾਰਬਨ ਦੇ ਵਿੱਚ ਆਪੋ ਆਪਣੀ ਧਨੂਚੇ ਲਖਾਓ ਕਿਉਂ ਪਹਿਲੇ ਸਮਿਆਂ ਦੇ ਵਿੱਚ ਜਦੋਂ ਬਹੁਤ ਵਰਦਾਤਾ ਹੋਈਆਂ ਸੀ ਉਹਨਾਂ ਨੂੰ ਅਸੀਂ ਕਿਹਾ ਉਹ ਕਹਿੰਦਾ ਤੁਹਾਡੇ ਬੰਦੇ ਆ ਕੇ ਧਨੂਚੇ ਨਹੀਂ ਕਰਾਉਂਦੇ ਹੈਗੇ ਧਨੂਚੇ ਦੇ ਬਿਨਾ ਅਸੀਂ ਕਾਰਵਾਈ ਕੀ ਕਰੀਏ ਸਾਰੇ ਜਿਹੜੇ ਵੱਧ ਤੋਂ ਵੱਧ ਧਨੂਚੇ ਕਰਾਓ ਤੇ ਆਪਾਂ ਜਿਹੜਾ ਆਪਣਾ ਘਰ ਸੇਵ ਰੱਖੋ ਬੀਬੀਆਂ ਦੇ ਚਰਨਾਂ ਵਿੱਚ ਬਿੰਦੀ ਭੈਣਾਂ ਦੇ ਚਰਨਾਂ ਵਿੱਚ ਬਿੰਦੀ ਆ ਕਿ ਆਪੋ ਆਪਣੇ ਘਰ ਦੇ ਵੀ ਸਿਕਿਉਰਿਟੀ ਬੁਰੀ ਰੱਖੋ ਜੀ ਕਿਉਂ ਜਿਹੜੇ ਹੋ ਸ਼ਰਾਧੀਆਂ ਅੰਸ਼ਲ ਹੁੰਦੇ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਇਹਨਾਂ ਦਾ ਬਸ ਪੈਸੇ ਨਾਲ ਪਿਆਰ ਹੈ ਜੀ ਤੇ ਸਾਰਿਆਂ ਨੂੰ ਬੇਨਤੀ ਆ ਆਪੋ ਆਪਣੇ ਦਿਨੂਚੇ ਜਰੂਰ ਕਰੋ ਆਪਣੇ ਘਰ ਨੂੰ ਸੇਵ ਰੱਖੋ ਇੱਕ ਬੰਦਾ ਘਰ ਚ ਜਰੂਰ ਆਇਆ ਜੀ ਭੁੱਲ ਚੁੱਕ ਦਿਖੇਮਾ ਵਾਹਿਗੁਰੂ ਜਿਆਦਾ ਜਿਹੜਾ ਸੋਨਾ ਹੀ ਲੁੱਟ ਰਹੇ ਆ ਤੁਹਾਨੂੰ ਵੀ ਲੱਗਦਾ ਵੀ ਸੋਨੇ ਨੂੰ ਨਿਸ਼ਾਨਾ ਬਣਾ ਕੇ ਲੁੱਟਦੇ ਆ ਸੋਨਾ ਮੇਰੇ ਹਿਸਾਰਾ ਜੀ ਆਪਣੇ ਕਿਸੇ ਬੰਦੇ ਦੇ ਵਿੱਚ ਸ਼ਾਸ਼ ਹੋ ਸਕਦੀ ਆ ਕਿ ਉਹ ਇਹਨਾਂ ਨੂੰ ਪਤਾ ਵੀ ਇੰਡੀਅਨ ਜਿਹੜੀਆਂ ਜਨਾਨੀਆਂ ਆ ਜਾਂ ਬੰਦੇ ਆ ਇਹਨਾਂ ਦੇ ਕੋਲ ਘਹਿਣਾ ਘੱਟਾ ਕਾਫੀ ਹੁੰਦਾ ਤੇ ਪੈਸੇ ਵੀ ਘਰਾਂ ਦੇ ਵਿੱਚ ਤਕਰੀਬਨ ਹੁੰਦੇ ਹੀ ਆ ਕੈਸ਼ ਥੋੜਾ ਬਹੁਤ ਸਾਰਿਆਂ ਕੋਲ ਤੇ ਇਸ ਕਰਕੇ ਉਹ ਸੋਨੇ ਦਾ ਘਰ ਕਿਹੀ ਜ਼ਿਆਦਾ ਇਹ ਚੀਜ਼ ਨੂੰ ਟਾਰਗੇਟ ਕਰਦੇ ਆ ਤੇ ਆਪੋ ਆਪਣਾ ਜੇ ਉਹ ਸੋਨਾ ਹੈ ਜਾਂ ਤਾਂ ਬੈਂਕਾਂ ਦੇ ਵਿੱਚ ਲੋਕਰ ਲੈ ਕੇ ਉਹਦੇ ਵਿੱਚ ਸੇਵ ਰੱਖੋ ਤੇ ਜਾਂ ਘਰ ਦੇ ਵਿੱਚ ਕੋਈ ਨਾ ਕੋਈ ਜੀ ਰ ਇਹ ਕੈਮਰੇ ਲਾਓ ਜਾਂ ਹੋਰ ਕਿਸੇ ਤਰ੍ਹਾਂ ਦੀ ਸਕਿਉਰਿਟੀ ਰੱਖੋ ਆਪਣੇ ਘਰ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ